ਦੋਸਤੋ ਜਿਸ ਤਰ੍ਹਾਂ ਅਸੀਂ ਦੇਖਿਆ ਭਾਰਸੋ ਤੋਂ ਲੈ ਕੇ ਨਾਭਾ ਤੇ ਚਾਹਲ ਤੱਕ ਜੋ ਸੜਕਾ ਉਹ ਬਹੁਤ ਹੀ ਖਰਾਬ ਹੋ ਚੁੱਕੀ ਆ ਪਰ ਕੁਝ ਦਿਨ ਪਹਿਲਾਂ ਅਸੀਂ ਦੇਖਿਆ ਵੀ ਠੇਕੇਦਾਰ ਨੇ ਇੱਕ ਕੱਚੇ ਪੱਕੇ ਜਿਹੇ ਪੈਸੇ ਲਾ ਕੇ ਚੱਲਾ ਗਿਆ ਜੋ ਕਿ ਲੱਖਾਂ ਰੁਪਏ ਦਾ ਸਰਕਾਰ ਨੂੰ ਚੁੰਨਾ ਲਾਂਦੋ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਠੇਕੇਦਾਰੀ ਸਿਸਟਮ ਬੰਦ ਕਰਕੇ ਸਰਕਾਰ ਆਪਦੇ ਹੱਥਾਂ ਵਿੱਚ ਲਵੇ ਆਪਦੇ ਮੁਲਾਜ਼ਮਾਂ ਤੋਂ ਕੰਮ ਕਰਾਵੇ ਜਾਂ ਆਪਦੇ ਮੁਲਾਜ਼ਮਾਂ ਨੂੰ ਘਰੇ ਭੇਜਿਆ ਜਾਵੇ ਇਕੱਲਾ ਠੇਕੇਦਾਰਾਂ ਦੇ ਥਰੂ ਹੀ ਕੰਮ ਲੱਤਾ ਜਾਵੇ ਸਾਡਾ ਕਰੋੜਾਂ ਰੁਪਇਆ ਮਹੀਨੇ ਦੀ ਜੋ ਆਮਦਨ ਖਜ਼ਾਨੇ ਦੀ ਉਹ ਖੂ ਖਾਤੇਆਂ ਵਿੱਚ ਪਾਈ ਜਾ ਰਹੀ ਆ ਸេចਦੀ ਹੀ ਤੁਹਾਨੂੰ ਨਕਦੀ ਦੁੱਧ ਕਿਸ ਤਰ੍ਹਾਂ ਦਾ ਨਾਬਾ ਤੇ ਭਾਰਸੋ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਉਹਦੇ ਸេចਦੀ ਹੀ ਖਲਾਸੇ ਕਿਤੇ ਜਾਣਗੇ ਆਓ ਦੋਸਤੋ ਬਾਦ ਨਾਬਾ ਤੇ ਭਾਰਸੋ ਦੇ ਇਲਾਕੇ ਵਿੱਚ ਨਾਕੀਰੀ ਸਰੋਂ ਦਾ ਤੇਲ ਕਿਸ ਤਰ੍ਹਾਂ ਦਾ ਤਿਆਰ ਕੀਤਾ ਜਾਂਦਾ ਲੋਕਾਂ ਦੀ ਅਜਾਨਾ ਰਾ ਖੇលਿਆ ਜਾ ਰਿਹਾ ਉਹਦੇ ਵੀ ਖਲਾਸੇ ਸਿੱਧੇ ਹੀ ਕੀਤੇ ਜਾਂ ਇੱਕ ਖਜੂਰਾ ਦੇ ਤੇਲ ਤੋਂ ਸਰੋਂ ਦਾ ਤੇਲ ਬਰਾਕੇ ਵੇਚਿਆ ਜਾਂਦਾ ਜਿੱਥੇ ਕਿ ਲੋਕਾਂ ਦੀਆਂ ਜ਼ਿੰਦਗੀਆਂ ਰਾ ਖੇលਿਆ ਜਾਂਦਾ ਉਹਦੇ ਵੀ ਖਲਾਸੇ ਸਿੱਧੇ ਹੀ ਡੀਪੀ 19 ਤੁਹਾਡੇ ਸਾਹਮਣੇ ਰੱਖੇਗਾ ਜਿਸ ਤਰ੍ਹਾਂ ਇੱਕ ਵੱਡਾ ਖਲਾਸਾ ਸੈਤੀ ਹੀ ਕਰਨ ਜਾ ਰਹੇ ਹਾਂ ਮਠਿਆਈ ਦੀਆਂ ਦੁਕਾਨਾਂ ਦੇ ਵਿੱਚ ਉੱਥੇ ਡੱਬੇ ਦੇ ਵਿੱਚ ਮਠਿਆਈ ਪਾ ਕੇ ਦਿੱਤੀ ਜਾਂਦੀ ਆ ਜੋ ਕਿ ਗੱਤੇ ਦੀ ਕੀਮਤ 10 ਤੋਂ 12 ਰੁਪਏ ਕਿਲੋ ਹੀ ਮੰਨੀ ਜਾ ਰਹੀ ਆ ਪਰ ਜਦੋਂ ਉਸ ਡੱਬੇ ਨੂੰ ਬਰਫੀ ਦਾ ਗੁਲਾਬ ਜਮੁਨਾਰਾ ਦਾ ਡੱਬੇ ਵਿੱਚ ਪਾਇਆ ਜਾਂਦਾ ਤਾਂ 200 ਤੋਂ ਲੈ ਕੇ 2000 ਰੁਪਏ ਦੀ ਕੀਮਤ ਤੱਕ ਦਾ ਬੋਲ ਹੋ ਜਾਂਦਾ ਜੋ ਕਿ ਸਾਡੇ ਗਰੀਬ ਲੋਕਾਂ ਦਾ ਲੱਖਾਂ ਰੁਪਏ ਡੁੱਟਿਆ ਜਾ ਰਿਹਾ ਇਹ ਸਾਰੇ ਆਮ ਥੱਗੀ ਮਾਰੀ ਜਾਂਦੀ ਹੈ ਜਿਹਦੇ ਵਿੱਚ ਕੋਈ ਵਿਭਾਗਾਂ ਜਾ ਕੇ ਇਹਨਾਂ ਦੇ ਵਿਰੁੱਧ ਹਲਵਾਈਆਂ ਦੇ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਤਿਆਰ ਨਹੀਂ ਇੱਕ ਹੋਰ ਵੱਡਾ ਖਲਾਸਾ ਜਿਸ ਤਰ੍ਹਾਂ ਹਲਵਾਈ ਦੀਆਂ ਅੰਦਗਾਨਾਂ ਤੋਂ ਇਲਾਵਾ ਹੌਡਰਾਂ ਦੇ ਵਿੱਚ ਜੋ ਕਿ ਵਿਕਰੀਆਂ ਦੇ ਵਿੱਚ ਆਸੀਂ ਦੇਖਿਆ ਜਾਂਦਾ ਜਿਸ ਤਰ੍ਹਾਂ ਕੇਕ ਕਿਹਾ ਜਾਂਦਾ ਜਾਂ 버거 ਵਗੇਰਾ ਜਿਹਾ ਜੋ ਅਸੀਂ ਰਾਤ ਨੂੰ ਦੇਖਦੇ ਆਂ ਨਾੜੀਆਂ ਦੇ ਵਿੱਚ ਬੇਕਾਰ ਗੇਰੇ ਜਾਂਦਾ ਉਹ ਦੋਸਤੋ ਇੱਕ ਸਾਾਨੂੰ ਬਹੁਤ ਹੀ ਸਾਡਾ ਪਿੰਡਾਂ ਤੇ ਸ਼ਹਿਰਾਂ ਵਿੱਚ ਮੁੱਦਾ ਉੱਠਿਆ ਪਿਆ ਭਾਰਸੋ ਦੇ ਨਾਬੇ ਦੇ ਲੋਕ ਇੰਨੇ ਹੈਰਾਨ ਨੇ ਟਰੈਕਟਰਾਂ ਦੇ ਉੱਤੇ ਸਵਿੱਕ ਲਾ ਕੇ ਬਿਨਾਂ ਮਨਜ਼ੂਰੀ ਤੋਂ ਪ੍ਰਦੂਸਰ ਬੋਰ ਤੋਂ ਤੇ ਬੋੜ ਬੋੜ ਤੇ ਮੋਟਰਸਾਈਕਲ ਦੇ ਢਟਾਕੇ ਮਾਰ-ਮਾਰ ਕੇ ਸਾਡੇ ਲੋਕਾਂ ਦੇ ਦਿਲ ਜੋ ਬਹੁਤ ਕਮਜ਼ੋਰ ਹੋ ਚੁੱਕੇ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਪਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹਨਾਂ ਵਿਰੁੱਧ ਵੀ ਕੋਈ ਵੀ ਸਰਕਾਰੀ ਅਫਸਰ ਜਿਹੜਾ ਜ਼ਿੰਮੇਵਾਰ ਅਫਸਰ ਆਪਾਂ ਮਾਪਦੂਸਨ ਬੋੜਾ ਜਾਂ ਟ੍ਰੈਕਪੋਰਸਾ ਇਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀ ਅਗਰ ਇਹਨਾਂ ਨੇ ਕਾਰਵਾਈ ਨਾ ਕਰੀ ਤਾਂ ਇਹਦੀ ਇੱਕ ਅਸੀਂ ਸੀ ਆਮ ਪੰਜਾਬ ਨੂੰ ਇਹਦੀ ਰਿਪੋਰਟ ਬਰਾਕੇ ਭੇਜਾਂਗੇ ਤਾਂ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ ਇਹੀ ਅਸੀਂ ਵੱਡੇ ਖਲਾਸੇ ਕੀਤੇ ਜਾਣਗੇ ਜਿਨ੍ਹਾਂ ਵਿੱਚ ਕਈ ਅਫਸਰ شاہੀ ਦੇ ਨੌਜਵਾਨ ਬੱਚਿਆਂ ਦੇ ਮੋਟਰਸਾਈਕਲ ਜਾਂ ਉਹਨਾਂ ਦੇ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਟਰੈਕਟਰਾਂ ਦੇ 스ਪੀਕਰ ਲੱਗੇ ਹੋਏ ਨੇ ਤੇ ਇੱਕ ਹੋਰ ਵੱਡਾ ਖਲਾਸਾ ਵੀ ਅੱਜ ਅਸੀਂ ਜਦੋਂ ਦੇਖਦੇ ਆ ਸੜਕਾਂ ਦੇ ਉੱਤੇ ਬਿਨਾਂ ਮੋਟਰਸਾਈਕਲ ਤੇ ਕੋਈ ਲੰਬਰ ਬਰੇਟ ਨਹੀਂ ਹੈਗੀ 5 ਤੋਂ 10 ਮੋਟਰਸਾਈਕਲ ਬਾਲਦਾਤਾ ਨੂੰ ਸਰੇ ਆਮ ਐ ਨਹੀਂ ਪਤਾ ਕਿਸ ਬੰਦੇ ਦੀ ਕਦੋਂ ਕਿਥੇ ਗੋੜੀ ਮਾਰ ਕੇ ਮੌਤ ਕੀਤੀ ਜਾਂਦੀ ਆ ਪੰਜਾਬ ਸਰਕਾਰ ਨੂੰ ਚਾਹੀਦਾ ਇੱਕ ਭਾਰ 124 ਘੰਟੇ ਨਾਕਾ ਇੱਕ ਨਾਬਾ ਤੇ ਇਹਦੇ ਪੁਰਬ ਰਾਕੇ ਇਹਨਾਂ ਦੇ ਨਾਕੇ ਲਗਾਈ ਜਾਣ 24 ਘੰਟੇ ਚੈੱਕ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਇੱਕ ਦੋਸਤੋ ਜਿਸ ਤਰ੍ਹਾਂ ਮੋਟਰਸਾਈਕਲਾਂ ਦੇ ਉੱਤੇ ਵੱਡੇ ਵੱਡੇ ਬੱਲਬ ਲਗਾਏ ਜਾ ਰਹੇ ਨੇ ਜਾਂ ਵੱਡੇ ਵੱਡੇ ਹਾਰਨ ਲਗਾਏ ਜਾ ਰਹੇ ਨੇ ਜਾਂ ਮੋਡੀਫਾਈ ਕਰਕੇ ਤਿਆਰ ਕੀਤੇ ਗਏ ਮੋਟਰਸਾਈਕਲ ਨੇ ਪੰਜਾਬ ਸਰਕਾਰ ਐਕਟ ਦੇ ਵਿੱਚ ਆਉਂਦਾ ਵੀ ਇਹਨਾਂ ਦੇ ਚਰਾਨ ਕੀਤੇ ਜਾਣ ਪਰ ਪੰਜਾਬ ਪੁਲਿਸ ਤੇ ਟ੍ਰੈਫਿਕ ਦੇ ਜੋ ਮੁਲਾਜ਼ਮ ਲਗਾਏ ਗਏ ਨੇ ਉਹ ਪਤਾ ਨਹੀਂ ਕਿਸ وجہ ਕਰਕੇ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਕਿਉਂ ਨਹੀਂ ਚਰਾਨ ਕੀਤੇ ਜਾਂਦੇ ਅਸੀਂ ਸੀਐਮ ਪੰਜਾਬ ਦੇ ਡੀਜੀਪੀ ਪੰਜਾਬ ਨੂੰ ਬੇਨਤੀ ਕਰਾਂਗੇ ਵੀ ਥੋੜੀ ਜੀ ਸ਼ਕਤੀ ਦਿਖਾਈ ਜਾਵੇ ਨਹੀਂ ਹੋਣਾਰੇ ਸਮੇਂ ਵਿੱਚ ਸਾਡੇ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਸਕਦਾ ਇਸ ਤਰ੍ਹਾਂ ਵਿਕਰੀ ਦੇ ਦੁਕਾਨਾਂ ਉੱਤੇ ਬਾਪ ਦੇ ਕੈਕ ਦੀਆਂ ਦੁਕਾਨਾਂ ਮਲਾਕੇ ਜਾਂ ਆਪਣੇ ਹੋਟਲਾਂ ਦੇ ਵਿੱਚ ਜੋ ਸਮਾਨ ਢਾਬਿਆਂ ਦੇ ਵਿੱਚ ਵੈਸੇ ਸਮਾਨ ਹੁੰਦਾ ਰਾਤ ਨੂੰ ਉਹਨੂੰ ਨਾਰਿਆਂ ਦੇ ਵਿੱਚ ਗਹਿ ਰਿਆ ਜਾਂਦਾ ਜਿਸ ਰਾਰ ਸਾਨੂੰ ਸੀਵਰੇਜ ਦਾ ਲੋਕਿੰਗ ਹੋ ਜਾਂਦੀ ਆ ਲੱਖਾਂ ਰੁਪਇਆ ਸੀਵਰੇਜ ਤੇ ਲਗਾਇਆ ਜਾਂਦਾ ਉਹ ਸਰਕਾਰ ਦਾ ਪੈਸਾ ਨਾਬਾ ਤੇ ਭਾਰਸੋ ਦੇ ਹੋਟਲਾਂ ਵੱਲੋਂ ਬਹੁਤ ਹੀ ਤਰ੍ਹਾਂ-ਤਰ੍ਹਾਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਸਹਿਤ ਹੀ ਇਹਦੇ ਖਲਾਸੇ ਕਰਾਂਗੇ ਤੇ ਕਮੇਡੀਆਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਅਨਚੈੱਕ ਕਦੇ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਕਿ ਸੱਚ ਤੁਹਾਡੇ ਸਾਹਮਣੇ ਸੱਚ ਆ ਸਕੇ ਤੇ ਸ੍ਰੀਮਨ ਸੱਜਣ ਪਟਿਆਰਾ ਨੂੰ ਵੀ ਅਸੀਂ ਬੇਨਤੀ ਕਰਾਂਗੇ ਐਸ ਐਮਓ ਭਾਰਸੋਂ ਤੇ ਐਸ ਐਮਓ ਨਾਬਾ ਨੂੰ ਤੇ ਨਾਲ ਮਿਲ ਕੇ ਟੀਮ ਦੇ ਅਧਾਰ ਤਿਆਰ ਕਰਕੇ ਇਹਨਾਂ ਹੋਟਲਾਂ ਤੇ ਵੀਕਰੀ ਦੇ ਦੁਕਾਨਾਂ ਉੱਤੇ ਚੈਕਿੰਗ ਕੀਤੀ ਜਾਵੇ ਤਾਂ ਕਿ ਸੱਚ ਤੁਹਾਡੇ ਸਾਹਮਣੇ ਆ ਸਕੇ